ਸਜਣੋ ਤੇ ਮਿੱਤਰੋ ਬਿਲਿਓ ਭੈਣੋ ਤੇ ਭਰਾਓ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਆਪਾਂ ਇੱਕ ਨੋਹੇ ਤੇ ਰਿਐਕਸ਼ਨ ਦੇ ਰਹੇ ਹਾਂ ਤੇ ਵੀਰ ਜੀ ਆਪਾਂ ਇਸ ਨੋਹੇ ਨੂੰ ਦੇਖਾਂਗੇ ਇਹ ਵੀਰ ਨੇ ਸਾਡੇ ਇਹਨਾਂ ਨੇ ਬਹੁਤ ਹੀ ਵਧੀਆ ਨੋਹੇ ਨੂੰ ਪੜਿਆ ਹੈ ਤੇ ਆਪਾਂ ਇੱਥੇ ਮਿਲ ਕੇ ਕਰਾਂਗੇ ਰਿਐਕਸ਼ਨ ਤੇ ਆਪਾਂ ਦੇਖਾਂਗੇ ਇਸ ਨੋਹੇ ਨੂੰ ਤੇ ਮੇਰੇ ਨਾਲ ਹੈਗੀ ਏਮਨ ਹਾਂਜੀ ਅੱਜ ਦੇਖਾਂਗੇ ਅੱਜ ਦੀ ਇਸ ਵੀਡੀਓ ਨੂੰ ਇਸ ਦੇ ਉੱਪਰ ਕਰਾਂਗੇ ਰਿਐਕਸ਼ਨ ਤੇ ਵੀਡੀਓ ਨੂੰ ਦੇਖਣ ਤੋਂ ਪਹਿਲੇ ਤੁਸੀਂ ਸਾਡੇ ਚੈਨਲ ਨੂੰ ਜਲਦੀ ਨਾਲ ਜਾਓ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਕਰਨਾ ਨਹੀਂ ਭੁੱਲਣਾ ਹਾਂਜੀ ਵੀਰ ਜੀ ਤੇ ਆਪਣੇ ਵੀਰਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਵੀਰ ਜੀ ਤੇ ਆਪਣਾ ਦੋਸਤਾਂ ਨੂੰ ਇਸ ਨੋਹੇ ਨੂੰ ਸੈਂਡ ਵੀ ਜ਼ਰੂਰ ਕਰੋ ਕਿਉਂਕਿ ਵੀਰ ਜੀ ਜਿਹਨੇ ਲੋਕ ਜ਼ਿਆਦਾ ਦੇਖਣਗੇ ਉਹਨਾਂ ਨੂੰ ਇਸ ਗੱਲ ਦਾ ਇਲਮ ਵੀ ਹਾਸਲ ਹੋਏਗਾ ਤੇ ਆਪਾਂ ਵੀ ਮਿਲ ਕੇ ਅੱਜ ਦੇਖਾਂਗੇ ਇਸ ਨੋਹੇ ਨੂੰ ਸਾਰੇ ਜਿਹੜੇ ਮੋਮਿਨ ਹਜ਼ਰਾਤ ਨੇ ਉਹ ਸਾਰੇ ਬਹੁਤ ਹੀ ਪਰੇਸ਼ਾਨ ਹੋ ਜਾਂਦੇ ਵੀ ਉਹ ਇਸ 10 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਅਫਸੋਸ ਮਨਾਉਂਦੇ ਨੇ ਸਾਰਾ ਜਵਾਂ ਤਿਫਲੋ ਪੀਰੋ ਜਵਾਂ ਸਾਰਾ ਜਵਾਂ ਤਿਫਲੋ ਪੀਰੋ ਜਵਾਂ ਅਭੀ ਦਿਲ ਪੇ ਤੇਰਾ ਰਾਜ ਥਾ ਮੌਲਾ ਅਭੀ ਦਿਲ ਪੇ ਤੇਰਾ ਰਾਜ ਹੈ ਮੌਲਾ ਹੁਸੈਨ 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 ਮਾਤਮ ਕਰ ਜਵਾਂ ਘਰ ਸੇ ਹਮਾਰ ਨਿਕਲਨਾ ਪੈਦਲ ਜੁਲੂਸ ਮੇ ਚਲਨਾ ਪੈਰੋ ਕਾ ਧੂਪ ਮੇ ਚਲਨਾ ਹਾਂਜੀ ਬਹੁਤ ਹੀ ਵਧੀਆ ਉਹਨਾਂ ਨੇ ਨੁਹਾ ਪੜਿਆ ਬਹੁਤ ਹੀ ਪਿਆਰਾ ਜੀ ਕਿਆ ਬਾਤ ਹੈ ਉਹਨਾਂ ਨੇ ਬਹੁਤ ਹੀ ਪਿਆਰਾ ਉਹਨਾਂ ਨੇ ਨੋਹੇ ਦੇ ਲਫ਼ਜ਼ ਸੀਗੇ ਲਿਖਣ ਵਾਲਿਆਂ ਨੇ ਵੀ ਬਹੁਤ ਹੀ ਪਿਆਰਾ ਉਹਨਾਂ ਨੂੰ ਲਿਖਿਆ ਅਤੇ ਬਹੁਤ ਹੀ ਵਧੀਆ ਉਹਨਾਂ ਨੇ ਪੜਿਆ ਇਹ ਵਾਕਿਆ ਕਰਬਲਾ ਦੇ ਦਿਨ ਜਦੋਂ ਪਹਿਲਾ ਮੁਹਰਮ ਤੋਂ ਲੱਗ ਕੇ 10 ਮੁਹਰਮ ਤੱਕ ਬਹੁਤ ਹੀ ਜ਼ਿਆਦਾ ਅਫਸੋਸ ਮਨਾਇਆ ਜਾਂਦਾ ਬਲਕਿ ਸ਼ੀਆ ਹਜ਼ਰਾਤ ਮੇਰੇ ਵੀਰ ਨਹੀਂ ਮਨਾਉਂਦੇ ਬਲਕਿ ਸਾਰੀ ਦੁਨੀਆ ਮਨਾਉਂਦੀ ਹੈ ਪੂਰੀ ਦੁਨੀਆ ਸਿੱਖ ਈਸਾਈ ਜਿੰਨੇ ਵੀ ਦੁਨੀਆ 'ਤੇ ਮਜ਼ਹਬ ਨੇ ਵਗੈਰਾ ਵਗੈਰਾ ਸਭ ਹਰ ਜਗ੍ਹਾ 'ਤੇ 10 ਮੁਹਰਮ ਮਨਾਇਆ ਜਾਂਦਾ ਅਤੇ ਵਾਕਿਆ ਕਰਬਲਾ ਨੂੰ ਵੀ ਕੋਈ ਵੀ ਭੁੱਲ ਨਹੀਂ ਸਕਦਾ ਕਿਉਂਕਿ ਵਾਕਿਆ ਕਰਬਲਾ ਦੇ ਵਿੱਚ 72 ਸ਼ਹਾਦਤਾਂ ਹੋਈਆਂ ਨੇ 72 ਸ਼ਹਾਦਤਾਂ ਕਿ 72 ਸ਼ਹਾਦਤਾਂ ਹੋਈਆਂ ਨੇ ਅਤੇ ਇਸ ਵਾਕਿਆ ਨੂੰ ਕੋਈ ਵੀ ਦੁਨੀਆ ਦੇ ਵਿੱਚ ਭੁੱਲ ਨਹੀਂ ਸਕਦਾ ਕਿ ਇੰਨੀਆਂ ਸ਼ਹਾਦਤਾਂ ਕਿਸੇ ਵੀ ਮਜ਼ਹਬ 'ਚ ਨਹੀਂ ਹੋਈਆਂ ਹੋਣਗੀਆਂ
पानी भी बंद किया गया कि दो मुहर्रम उन्होंने पानी बंद किया गया। दो मुहर्रम तो बाद सत मुहर्रम पानी का उन्होंने को जिन्ना स्टॉक सी वो खत्म हो गया। उस तो बाद बचे पानी खत्म हो गया उन्होंने को स्टोर पानी सी वो खत्म हो गया। उस तो बाद उन्होंने को बच्चे जड़े से प्यासे पानी मंग रहे सी बहुत ज़्यादा उन्होंने मुश्किल परेशानी सामने उन्होंने आई, लेकिन उन्होंने अपने दीन नु मुकम्मल करने वास्ते वो पीछे नहीं हटे। वो अपना दीन मुकम्मल करने वास्ते पानी लैन की तलाश जाते रहे, लेकिन जजीद जिहड़ा सीगा जिहड़ा जो पानी लैन निकलते सी उदो ही तीरां दे नाल उन्होंने शहीद कर दिंदा सी। बहुत जालम भी कोई किसी तरह का तरस, हाँ एक ऐसी शहादत हुई है 18 दिन दे, वेरी सॉरी 18 दिन दे बच्चे दी शहादत हुई। 18 दिन दे बच्चे दा उदा की कसूर है? 18 दिन दा बच्चा ते मां दी गोद दे विच सी, उह ते दुध पी रहा होगा, लेकिन यह है कि लोरी लै रहा होगा। लेकिन यह किड्डी अफसोसनाक गल है कि 18 दिन दे बच्चे ने उन्होंने उन्हें भी शहीद कर दिया। ते इन्हां ने पूरी वीडियो किड्डा वो जालिम इंसान होएगा कि जिहड़ा बच्चियां नूं भी उस टाइम शहीद करदा पिया सी, लेकिन वो पिछे नहीं हटे। वो अपना दीन दी खातर अगे वधे गए ते उन्होंने अपने दीन नूं, क्योंकि मालक दी उस सोहणे रब दी रज़ा सी, उन्हां नूं ते पहले ही पता चल गया सी कि ऐ कुछ होना, तो वो अपने बच्चियां नूं लै के ते वाकिया मैदाने करबला दे विच आ गए ते उन्होंने उत्थे आन के अपने खेमे ला के। हाँ एक गल होर हो गई, एक गल होर याद आ गई कि फिर उन्होंने जो सारे शहीद हो गए तो फिर बीबियां नूं गिरफ्तार करके उन्होंने लैके तो उन्होंने सिरां दे उत्ते दुपट्टे ला के तो उन्होंने लैके गए। ये तो बहुत ही सब तो नंगे करके बन के लैके जा रहे। जजीद एक किड्डा जालिम होएगा, बहुत ज्यादा अफसोस वाली गल, इसे वजह तो अज अफसोस ਇੱਦਾਂ ਮਨਾਉਂਦੇ ਨੇ ਕਿ ਉਹ ਆਪਣੇ ਆਪ ਨੂੰ ਜ਼ੰਜੀਰ ਸੰਗਲੀਆਂ ਮਾਰ ਰਹੇ ਸੀ। ਅੱਛਾ ਪੂਰੀ ਵੀਡੀਓ ਦੇ ਅੰਦਰ ਇਹਨਾਂ ਨੇ ਇਹ ਹੀ ਦਿਖਾਇਆ ਕਿ ਉਹ ਆਪਣੇ ਆਪ ਨੂੰ ਜ਼ੰਜੀਰਾਂ ਦੇ ਨਾਲ ਮਾਰਦੇ ਪਏ। ਉਹ ਸਿਰਫ ਇਹ ਹੀ ਵਜ੍ਹਾ ਸੀ ਕਿ ਉਹ ਉਸ ਵਾਕਿਆ ਨੂੰ ਕਿੱਦਾਂ ਭੁੱਲ ਜਾਣ। ਵਾਕਿਆ ਕਰਬਲਾ ਨੂੰ ਉਹਨਾਂ ਕੋਲ ਭੁੱਲ ਹੀ ਨਹੀਂ ਹੁੰਦਾ। ਉਸ ਯਾਦ ਦੇ ਵਿੱਚ ਅੱਜ ਵੀ ਉਹ ਮਾਤਮ ਕਰ ਰਹੇ ਨੇ ਤੇ ਅੱਜ ਵੀ ਰੋ ਰਹੇ ਨੇ ਤੇ ਅੱਜ ਵੀ ਪਰੇਸ਼ਾਨ ਨਜ਼ਰ ਆ ਰਹੇ ਨੇ अपने घर सोगते। सब मित्रों सारे मजहब मनाते हैं इस दिन कभी भी 10 दिन नहीं भुल सकते कोई भी। तो वीर जी हाँ जी, अगर अज की वीडियो तुम्हें वधिया लगी है तो वीर जी साढ़े चैनल जल्दी ना सबसक्राइब करो, लाइक करो, शेयर करो, क्योंकि सची ताडे तिकर जल्दी अगर कोई नवी ऐसी वीडियो भेज दें तो ताडे तिकर जल्दी पहुँच जाए। अगर तुम घंटी लगा देंगे ना सबसक्राइब कर दें तो वीर जी साड़ी पोस्ट कोई भी नवी आएगी वो फौरी तौर तक ताड़े तक पहुँच जाएगी। तो इस करके असं तुहानू कहने कि घंटी दबाना ना भुलिया करो ते अपने दोस्तों नू शेयर करो। अगर वीर जी कोई असी गल भुल गए जो तुहानू नहीं दस सके या कोई गल साडे को मिस्टिक हो गई है तो वीर जी उहदी असी तुहाडे को मंगदे हां माफ़ी, क्योंकि वीर जी जिन्ना क सानू इलम सी उहदे बारे असी तुहाडे नाल गल्लां कीतियां, कुछ इलम दा सानू ही नहीं पता। तो अगर सानू कोई गल दा सानू तुसी दसना चाहते हो तो सानू मैसेज जरूर करो तो सानू उस गल दा इलम होवे ते असी भी ताड़ियां गल्लां दे विचों ताड़े उस इलम दे विचों सीख सकीए। तो वीर जी लो जी, अगर तू अज दी वीडियो अच्छी लगी है तो वीर जी जरूर साढ़े चैनल सबसक्राइब कर लो। तो वीर जी नैक्सट मिलेंगे आपां फिर नवी वीडियो दे नाल। लो वीर जी साढ़े वालों सत श्री अकाल।